ਦੇਖੋ, ਇਸ ਅੰਦੋਲਨ ਦੀਆਂ ਮੰਗਾਂ ਬਿਲਕੁਲ ਸਹੀ ਹੈ, ਪਰ ਸੰਘਰਸ਼ ਦਾ ਤਰੀਕਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਨਹੀਂ। ਅਸੀਂ ਇਹ ਵੀ ਜਾਣਦੇ ਹਾਂ ਵੀ 26 ਜਨਵਰੀ ਚੱਲਦੇ ਘੋਲ ਦੇ ਵਿੱਚ ਦਿੱਲੀ ਉਦੋਂ ਉਹਨਾਂ ਨੇ ਕੀ ਕੁਛ ਕੀਤਾ ਉਹ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ। ਅਸੀਂ ਸਾਂਝੇ ਸੰਘਰਸ਼ਾਂ ਨੂੰ ਤਰਜੀਹ ਦਿੰਦੇ ਹਾਂ, ਇਕੱਲੇ ਇਕੱਲੇ ਲੜਨ ਨਾਲੋਂ ਇਕੱਲੇ ਇਕੱਲੇ ਮਾਰ ਨਾ ਖਾਓ, ਇਕੱਠੇ ਹੋ ਕੇ ਅੱਗੇ ਆਓ। ਇਹਨਾਂ ਸਾਥੀਆਂ ਨੇ ਅੱਜ ਫੈਸਲਾ ਲਿਆ, ਅਗਲੇ ਦਿਨ ਦਿੱਲੀ ਨੂੰ ਤੁਰ ਪਏ। ਇਸ ਤਰ੍ਹਾਂ ਕੋਈ ਇਹੋ ਜਿਹੇ ਵੱਡੇ ਘੋਲ ਆ ਜਿਹੜੇ ਜਿਹਦੇ 'ਚ ਪਤਾ ਹੈ ਸਰਕਾਰਾਂ ਇਹੋ ਜਿਹਾ ਉਦੋਂ ਵੀ ਉਹਨਾਂ ਨੇ ਰੋਕਣ ਦਾ ਯਤਨ ਕੀਤਾ ਸੀ, ਹੁਣ ਇਕੱਲੇ ਸਮਝ ਕੇ ਉਦੋਂ ਜ਼ਿਆਦਾ ਉਹਨਾਂ ਨੇ ਜ਼ਬਰ ਢਾਇਆ। ਇਸ ਕਰਕੇ ਇਹ ਮੌਕਾ ਦੇਣਾ ਸਰਕਾਰਾਂ ਨੂੰ, ਇਹਦਾ ਹੁਣ ਤੱਕ ਵੀ ਗਲਤ ਨਤੀਜੇ ਆਏ ਆ ਸਾਹਮਣੇ। ਜੇ ਇਵੇਂ ਦਾ ਇਵੇਂ ਚੱਲਦਾ ਰਿਹਾ ਤਾਂ ਇਦੋਂ ਗਾਂ ਵੀ ਗਲਤ ਨਤੀਜੇ ਆ ਸਕਦੇ। ਹਰਿਆਣਾ ਦੇ ਬਾਰਡਰਾਂ ਦੇ ਉੱਪਰ ਕਿਸਾਨਾਂ ਦਾ ਮੋਰਚਾ ਲੱਗਿਆ ਹੋਇਆ ਹੈਗਾ। ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਡੇ ਨੇਤਾ ਸੁਖਦੇਵ ਸਿੰਘ ਕੁੱਕਰੀ ਕਲਾਂ ਨੇ, ਕੁੱਕਰੀ ਕਲਾਂ ਜੀ ਨਾਲ ਗੱਲਬਾਤ ਕਰਾਂਗੇ। ਪ੍ਰਧਾਨ ਜੀ, ਕਿਵੇਂ ਦੇਖਦੇ ਹੋ ਪਹਿਲਾਂ ਤਾਂ ਇਸ ਅੰਦੋਲਨ ਨੂੰ ਜਿਹੜਾ ਬਾਰਡਰਾਂ ਦੇ ਉੱਪਰ ਚੱਲ ਰਿਹਾ ਹੈਗਾ? ਦੇਖੋ, ਇਸ ਅੰਦੋਲਨ ਦੀਆਂ ਮੰਗਾਂ ਬਿਲਕੁਲ ਸਹੀ ਹੈ, ਪਰ ਸੰਘਰਸ਼ ਦਾ ਤਰੀਕਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਨਹੀਂ। ਕਿਉਂਕਿ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਥੱਲੇ ਦਿੱਲੀ ਦਾ ਇਤਿਹਾਸਕ ਘੋਲ, ਜੇਤੂ ਘੋਲ ਲੜਿਆ ਗਿਆ ਸੀ, ਉਸ ਸੰਯੁਕਤ ਕਿਸਾਨ ਮੋਰਚੇ ਨੂੰ ਇਹ ਜਥੇਬੰਦੀਆਂ ਕੱਖ ਨਹੀਂ ਸਮਝਦੀਆਂ। ਉਹਦੇ ਨਾਲੋਂ ਵੱਖਰੇ ਤੌਰ 'ਤੇ ਸਾਡੇ ਆਗੂਆਂ ਤੱਕ ਵੀ ਜਿਹੜੀ ਪਹੁੰਚ ਕੀਤੀ ਹੈ, ਇਸੇ ਮਕਸਦ ਲਈ ਕੀਤੀ ਹੈ ਕਿ ਤੁਸੀਂ ਸਾਡੇ ਨਾਲ ਆ ਜਾਓ। ਅਤੇ ਸ਼ਬਦ ਜਿਹੜੇ ਵਰਤੇ ਆ ਸਾਡੇ ਆਗੂਆਂ ਕੋਲ ਵੀ ਮੋਰਚੇ ਨੂੰ ਤਾਂ ਰੋਲ ਕੇ ਰੱਖ ਦਿਆਂਗੇ, ਇਹ ਪਹੁੰਚ ਬਿਲਕੁਲ ਠੀਕ ਨਹੀਂ ਉਹਨਾਂ ਦੀ। ਜਿਹੜੇ ਤੁਸੀਂ ਕਹਿ ਰਹੇ ਹੋ, ਜਿਹੜੇ ਵੀ ਉੱਥੇ ਬੈਠੇ ਆ, ਜਿਹੜੇ ਵੀ ਬੈਠੇ ਉਹਨਾਂ ਦੇ ਮੁੱਖ ਆਗੂ, ਉਹਨਾਂ ਨੇ ਇਹ ਸ਼ਬਦ ਜਿਹੜੇ ਮਿਲੇ ਆ ਸਾਡੇ ਆਗੂਆਂ ਨੂੰ ਆ ਕੇ, ਇਹ ਸ਼ਬਦ ਉਹਨਾਂ ਨੇ ਵਰਤੇ ਆ ਕਿ ਜੇ ਤੁਸੀਂ ਸਾਡੇ ਨਾਲ ਆ ਜਾਓ, ਜਿਹਦਾ ਮਤਲਬ ਮੋਰਚੇ 'ਚ ਫੁੱਟ ਪਾ ਕੇ ਜੇ ਉਗਰਾਹਾਂ ਜਥੇਬੰਦੀ ਸਾਡੇ ਨਾਲ ਆ ਜਾਵੇ ਤਾਂ ਅਸੀਂ ਮੋਰਚੇ ਨੂੰ ਰੋਲ ਕੇ ਰੱਖ ਦਿਆਂਗੇ, ਸ਼ਬਦ ਵਰਤੇ ਆ। ਇਹਦਾ ਅਰਥ ਤੁਸੀਂ ਆਪ ਕੱਢ ਲਓ। ਪਰ ਅਸੀਂ ਇਹਦੇ ਬਾਵਜੂਦ, ਕਿਉਂਕਿ ਮੰਗਾਂ ਦਰੁਸਤ ਆ ਉਹਨਾਂ ਦੀਆਂ, ਅਤੇ ਕਿਸੇ ਵੱਲੋਂ ਵੀ ਆਪਦੇ ਤੌਰ 'ਤੇ ਸੰਘਰਸ਼ ਕਰਨਾ ਜਮਹੂਰੀ ਹੱਕ ਆ ਉਹਦਾ। ਜੇ ਸਰਕਾਰ ਉਹਨਾਂ 'ਤੇ ਜ਼ਬਰ ਕਰਦੀ ਹੈ ਤਾਂ ਉਸ ਜ਼ਬਰ ਦੇ ਵਿਰੁੱਧ ਅਸੀਂ 13 ਫਰਵਰੀ ਤੋਂ ਲੈ ਕੇ ਜਿਸ ਦਿਨ ਤੋਂ ਬੈਠੇ ਆ, ਜਿੰਨਾ ਵੀ ਜ਼ਬਰ ਉਹਨਾਂ 'ਤੇ ਹੋਇਆ ਉਹਨਾਂ ਦੇ ਖਿਲਾਫ ਰੇਲਾਂ ਵੀ ਰੋਕੀਆਂ, ਅਰਥੀਆਂ ਵੀ ਫੂਕੀਆਂ, ਵੱਡੇ ਵੱਡੇ ਮੁਜ਼ਾਹਰੇ ਵੀ ਕੀਤੇ ਆ, ਤਾਲਮੇਲਵੇਂ ਸੰਘਰਸ਼ ਵਜੋਂ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ, ਜਿਹੜੀ ਸਾਡਾ ਫਰਜ਼ ਬਣਦਾ। ਕੋਈ ਆਸਾਨ ਨਹੀਂ ਕੀਤਾ ਉਹਨਾਂ 'ਤੇ, ਪਰ ਉਹਨਾਂ ਦੇ ਵਿੱਚ ਸ਼ਾਮਿਲ ਹੋ ਕੇ ਜਿਹਦੇ ਲਈ ਉਹ ਤਿਆਰ ਨਹੀਂ, ਜਿਹਦੇ ਲਈ ਸੁਝਾਅ ਦਿੱਤੇ ਜਾਂਦੇ ਰਹੇ ਸਾਡੇ ਆਗੂਆਂ ਵੱਲੋਂ ਵੀ ਤੁਸੀਂ ਪੂਰੇ ਸੰਯੁਕਤ ਕਿਸਾਨ ਮੋਰਚੇ ਦੀ ਟੀਮ ਨਾਲ ਬਹਿ ਕੇ ਤੈਅ ਕਰ ਲਓ ਕਿਵੇਂ ਚੱਲਣਾ, ਕਿਹੜੇ ਥਾਂ ਸੰਘਰਸ਼ ਕਿਹੜੇ ਹਿਸਾਬ ਨਾਲ ਲੜਿਆ ਜਾਣਾ। ਇਹ ਸਾਂਝਾ ਫੈਸਲਾ ਹੋਊਗਾ ਤਾਂ ਉਹਦੇ ਕੋਈ ਸਹੀ ਨਤੀਜੇ ਨਿਕਲਣਗੇ। ਜਿਵੇਂ ਤੁਸੀਂ ਦੇਖਦੇ ਹੋ ਕੱਲ੍ਹ ਦੀ ਜਿਹੜੀ ਸਵਰਨ ਸਿੰਘ ਪਨੇਰ ਦੀ, ਜਿਹੜੀ ਤੁਸੀਂ ਸਵਰਨ ਸਿੰਘ ਪਨੇਰ ਦੀ PC ਸੁਣਦੇ ਹੋ, ਦੇਖਦੇ ਹੋ ਕਿ ਉਹਨਾਂ ਨੇ ਕਿਹਾ ਤੱਥ ਰੱਖੇ, ਪੂਰਾ ਲਿਖ ਕੇ ਲੈ ਕੇ ਆਏ ਕਿ ਕਿਹੜੇ ਪਾਰਟੀ ਦੇ ਕਿਹੜੇ ਜਥੇਬੰਦੀ ਕਿਹੜੇ ਲੀਡਰ ਨੂੰ ਕਿੱਦਣ ਮਿਲੇ, ਕਦੋਂ ਗ੍ਰਾਹਾਂ ਸਾਹਿਬ ਨੂੰ ਮਿਲੇ, ਕਦੋਂ ਸੰਗਾਰਾ ਸਿੰਘ ਨੂੰ ਮਿਲੇ, ਕਦੋਂ ਦੂਸਰੀਆਂ ਪਾਰਟੀ ਨੂੰ ਮਿਲੇ। ਲੱਗਦਾ ਕਿ ਉਸ ਐਨ ਮੌਕੇ ਦੇ ਉੱਪਰ ਜਦੋਂ ਸੰਘਰਸ਼ ਇੱਥੇ ਖੜ੍ਹਾ ਹੈਗਾ, ਇਸ ਮੋੜ 'ਤੇ ਖੜ੍ਹਾ, ਇੱਕ ਤਾਂ ਅੱਗੇ ਨਹੀਂ ਵੱਧ ਦਿੱਤਾ ਜਾ ਰਿਹਾ, ਕਿਸਾਨ ਦੀ ਮੌਤ ਹੋ ਰਹੀ ਹੈ ਲਗਾਤਾਰ, ਗੋਲੀਆਂ ਲੱਗ ਰਹੀਆਂ ਨੇ, ਉਦੋਂ APC ਕਰਨੀ, ਜਦੋਂ ਦੂਜੇ ਪਾਸੇ ਨਾਲ ਤਾਲਮੇਲ ਵੀ ਚੱਲ ਰਿਹਾ ਤੁਹਾਡੇ ਨਾਲ? ਦੇਖੋ, ਅਸੀਂ ਬਿਲਕੁਲ ਇਸ ਗੱਲ ਨੂੰ ਗਲਤ ਸਮਝਦੇ ਹਾਂ ਜੋ ਉਹਨਾਂ ਨੇ ਕੱਲ੍ਹ ਕੀਤਾ। ਚੱਲ ਰਹੇ ਸੰਘਰਸ਼ ਦੇ ਵਿੱਚ ਜੇ ਕੋਈ ਅੰਦਰੂਨੀ ਮਤਭੇਦ ਹੈਗੇ ਆ, ਜਿਹੜੇ
ਇਕੱਲੇ ਇਕੱਲੇ ਨਾਲ ਮਿਲ ਕੇ ਨਹੀਂ ਹੱਲ ਹੋ ਸਕੇ। ਅਸੀਂ ਸੁਝਾਅ ਦਿੱਤਾ ਵੀ ਪੂਰੀ ਟੀਮ ਨਾਲ ਬਹਿ ਕੇ ਹੱਲ ਕਰੋ। ਉਹਦੇ 'ਤੇ ਜਾਣ ਦੀ ਬਜਾਏ, ਉਸ ਗੱਲ 'ਤੇ ਅਮਲ ਕਰਨ ਦੀ ਬਜਾਏ, ਇਸ ਤਰ੍ਹਾਂ ਦੀ ਨਜਾਇਜ਼ ਦੂਸ਼ਣਬਾਜ਼ੀ ਵੀ ਸਾਡੀ ਕਿਸੇ ਨੇ ਗੱਲ ਹੀ ਨਹੀਂ ਮੰਨੀ, ਸਾਡੀ ਕਿਸੇ ਨੇ ਗੱਲ ਹੀ ਨਹੀਂ ਸੁਣੀ, ਇਹ ਤਾਂ ਸਾਂਝੇ ਸੰਘਰਸ਼ ਲਈ ਤਿਆਰ ਹੀ ਨਹੀਂ। ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਇਸ ਸਟੇਜ 'ਤੇ ਪਹੁੰਚੇ ਹੋਏ ਘੋਲ ਦੇ ਦੌਰਾਨ ਬਿਲਕੁਲ ਨਜਾਇਜ਼ ਆ ਉਹਨਾਂ ਦੀ। ਅਸੀਂ ਅੱਜ ਵੀ ਬੇਨਤੀ ਕਰਦੇ ਹਾਂ ਉਹਨਾਂ ਨੂੰ, ਪ੍ਰਧਾਨ ਸਾਹਿਬ ਨੇ ਕੀਤੀ ਆ ਬੇਨਤੀ ਵੀ ਅਸੀਂ ਤਾਂ ਜਿਹੜੀ ਸੰਯੁਕਤ ਕਿਸਾਨ ਮੋਰਚੇ ਨੇ 6 ਮੈਂਬਰੀ ਕਮੇਟੀ ਬਣਾਈ ਆ, ਉਹਦੇ ਵੱਲੋਂ ਅਜੇ ਵੀ ਯਤਨ ਜਾਰੀ ਰੱਖਾਂਗੇ। ਅਜੇ ਵੀ ਜਿਹੜਾ 6 ਮੈਂਬਰੀ ਕਮੇਟੀ ਨੇ 8-31 ਸੁਝਾਅ ਪੱਤਰ ਤਿਆਰ ਕੀਤਾ ਵੀ ਆਪਾਂ ਇਹਨਾਂ ਸੁਝਾਵਾਂ ਦੇ ਮੁਤਾਬਕ, ਜਿਵੇਂ ਉਦੋਂ ਸੰਯੁਕਤ ਕਿਸਾਨ ਮੋਰਚਾ ਚੱਲਿਆ ਦਿੱਲੀ ਘੋਲ ਵੇਲੇ, ਉਹਦੇ ਮੁਤਾਬਕ ਹੁਣ ਵੀ ਆਪਾਂ ਇੱਕਜੁੱਟ ਹੋ ਕੇ ਤਾਲਮੇਲਵਾਂ ਸੰਘਰਸ਼ ਚਲਾ ਲਈਏ ਤਾਂ ਵੱਡੀ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ। ਨਹੀਂ ਤਾਂ ਜੇ ਅਸੀਂ ਇਕੱਲੇ ਇਕੱਲੇ ਚੱਲਾਂਗੇ ਜਾਂ ਇੱਕ ਦੂਜੇ ਤੋਂ ਦੂਸ਼ਣਬਾਜ਼ੀ ਕਰਾਂਗੇ ਤਾਂ ਇਹਦੇ ਨਾਲ ਸਰਕਾਰ ਨੂੰ ਬਲ ਮਿਲਣਾ, ਸਾਡੀਆਂ ਦੁਸ਼ਮਣ ਤਾਕਤਾਂ ਨੂੰ ਬਲ ਮਿਲਣਾ, ਘੋਲ ਨੂੰ ਕੋਈ ਬਲ ਨਹੀਂ ਮਿਲਣਾ। ਸੋਸ਼ਲ ਮੀਡੀਆ, ਫੇਸਬੁੱਕ ਦੇਖਦੇ ਹੋ, ਦੇਖਦੇ ਰਹਿੰਦੇ ਹੋ? ਬਿਲਕੁਲ। ਤੁਹਾਨੂੰ ਲੱਗਦਾ ਕਿ ਜਦੋਂ ਇੱਦਾਂ ਦੇ ਜਿਵੇਂ ਹੁਣ ਪੀਸੀਆਂ ਆਉਂਦੀਆਂ ਨੇ ਜਾਂ ਗੱਲਬਾਤਾਂ ਨਿਕਲ ਕੇ ਆਉਂਦੀਆਂ, ਉਸ ਤੋਂ ਬਾਅਦ ਫਿਰ ਲੋਕਾਂ ਦੇ ਰਿਐਕਸ਼ਨ ਜਿਹੜਾ ਸਾਹਮਣੇ ਆਉਂਦਾ, ਪਿੰਡਾਂ ਦੇ ਵਿੱਚ ਕਈ ਲੋਕ ਤੁਹਾਡੇ ਖਿਲਾਫ਼ ਵੀ ਬੋਲਦੇ ਨੇ, ਉਹ ਕਹਿ ਰਹੇ ਨੇ ਕਿ ਉਹ ਜਥੇਬੰਦੀ ਨਹੀਂ ਜਾ ਰਹੀ, ਉਹ ਸਾਰੀਆਂ ਜਦਕਿ ਮੰਗਾਂ ਇੱਕ ਨੇ, ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਲੱਗਦੇ ਹੋ ਕਿ ਇੱਕ ਨੁਕਸਾਨ ਹੁੰਦਾ ਇਹ ਚੀਜ਼ਾਂ ਦਾ ਲੋਕਾਂ ਦਾ, ਇਹ ਮਨਾਂ ਦੇ ਵਿੱਚੋਂ ਵੀ ਫਿੱਕ ਪੈਂਦੀ ਹੈ, ਭਾਵੇਂ ਕਿ ਜਥੇਬੰਦੀ ਕੋਈ ਮਰਜ਼ੀ ਹੋਵੇ, ਤੁਹਾਡੀ ਹੋਵੇ ਕੋਈ ਹੋਰ ਜਥੇਬੰਦੀ ਜਿਹੜੀ ਨਹੀਂ ਵੀ ਜਾ ਰਹੀ, ਖਾਸ ਤੌਰ 'ਤੇ ਤੁਹਾਡੀ ਜਥੇਬੰਦੀ ਜ਼ਿਆਦਾ ਟਾਰਗੇਟ? ਇਸੇ ਕਰਕੇ ਹੀ ਮੈਂ ਕਿਹਾ ਬਈ ਚਾਹੇ ਤਾਲਮੇਲਵਾਂ ਸੰਘਰਸ਼ ਕਰਨਾ ਹੋਵੇ, ਉਹ ਤਾਂ ਅਸੀਂ ਬਾਹਰੋਂ ਕਰ ਰਹੇ ਹਾਂ, ਬਾਹਰ ਰਹਿ ਕੇ ਵੀ ਕੀਤਾ ਜਾ ਸਕਦਾ ਤਾਲਮੇਲਵਾਂ ਸੰਘਰਸ਼ ਕਿਸੇ ਦੇ ਹੱਕ ਦੇ ਵਿੱਚ, ਕਿਸੇ ਦੀ ਹਮਾਇਤ ਦੇ ਵਿੱਚ। ਪਰ ਜੇ ਸਾਂਝਾ ਤਾਲਮੇਲਵਾਂ ਸੰਘਰਸ਼ ਕਰਨਾ ਤਾਂ ਉਹ ਅਸੂਲ ਤੈਅ ਕਰਕੇ ਹੁੰਦਾ ਹੈ। ਉਹ ਅਸੂਲ ਤੈਅ ਕਰਨ ਦੀ ਬਜਾਏ ਇਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਜਾਣਾ, ਇਸ ਤਰ੍ਹਾਂ ਦੀਆਂ ਪ੍ਰੈਸ ਕਾਨਫਰੰਸਾਂ ਕਰਨੀਆਂ ਜਿਹੋ ਜਿਹੀ ਕੱਲ੍ਹ ਉਹਨਾਂ ਸਾਥੀਆਂ ਨੇ ਕੀਤੀ ਆ, ਇਹ ਵਾਕਿਆ ਹੀ ਘੋਲ ਦਾ ਨੁਕਸਾਨ ਹੈ, ਅਸੀਂ ਇਹਦੇ ਬਿਲਕੁਲ ਹੱਕ 'ਚ ਨਹੀਂ। ਸਾਨੂੰ ਤਾਂ ਸਪਸ਼ਟੀਕਰਨ ਦੇਣੇ ਪਏ ਆ, ਮਜਬੂਰੀ ਬਸ ਸਪਸ਼ਟੀਕਰਨ ਦੇਣੇ ਪਏ ਆ, ਅਸੀਂ ਉਹਨਾਂ 'ਤੇ ਕੋਈ ਦੋਸ਼ ਨਹੀਂ ਲਾਇਆ। ਦੇਰ ਦੀ ਜਥੇਬੰਦੀ ਆ ਪਹਿਲਾਂ ਤੁਹਾਡੇ ਨਾਲ ਮਿਲ ਕੇ ਸੰਘਰਸ਼ ਲੜਦੀ ਰਹੀ ਆ, ਤੁਸੀਂ ਉਹਨਾਂ ਬਾਰੇ ਬਾਖੂਬੀ ਤੌਰ 'ਤੇ ਜਾਣਦੇ ਹੋ, ਤੁਹਾਡੇ ਬਾਰੇ ਜਾਣਦੇ? ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ, ਅਸੀਂ ਇਹ ਵੀ ਜਾਣਦੇ ਹਾਂ ਵੀ 26 ਜਨਵਰੀ ਚੱਲਦੇ ਘੋਲ ਦੇ ਵਿੱਚ ਦਿੱਲੀ ਉਦੋਂ ਉਹਨਾਂ ਨੇ ਕੀ ਕੁਛ ਕੀਤਾ, ਉਹ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ। ਇਸ ਕਰਕੇ ਸਾਡੀ ਜਥੇਬੰਦੀ ਕੋਈ ਗੱਲਾਂ ਤੈਅ ਹੋ ਜਾਣ, ਕੋਈ ਅਸੂਲ ਤੈਅ ਹੋ ਜਾਣ ਸਾਂਝੇ ਸੰਘਰਸ਼ ਦੇ, ਉਹਨਾਂ ਨਾਲ ਵੀ ਕਰਦੇ ਰਹੇ ਹਾਂ, ਹੋਰਨਾਂ ਜਥੇਬੰਦੀਆਂ ਨਾਲ ਵੀ ਕਰਦੇ ਰਹੇ ਹਾਂ, ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਵੀ ਬਕਾਇਦਾ ਚੱਲ ਰਹੇ ਹਾਂ। ਅਸੀਂ ਸਾਂਝੇ ਸੰਘਰਸ਼ਾਂ ਨੂੰ ਤਰਜੀਹ ਦਿੰਦੇ ਹਾਂ, ਇਕੱਲੇ ਇਕੱਲੇ ਲੜਨ ਨਾਲੋਂ ਇਕੱਲੇ ਇਕੱਲੇ ਮਾਰ ਨਾ ਖਾਓ, ਇਕੱਠੇ ਹੋ ਕੇ ਅੱਗੇ ਆਓ, ਇਹ ਸਾਡਾ ਨਾਰਾ ਐਵੇਂ ਨਹੀਂ ਘੜਿਆ ਹੋਇਆ। ਜਿਵੇਂ ਤੁਸੀਂ ਕਹਿ ਰਹੇ ਹੋ, ਜੇਕਰ ਤੁਸੀਂ ਇਸ ਪੂਰੇ ਮੋਰਚੇ ਨੂੰ ਦੇਖੋ, ਇਸ ਵਾਰ ਦੇ ਪਹਿਲਾਂ ਵਾਲੇ ਮੋਰਚੇ ਨੂੰ ਦੇਖੋ, ਭਾਵੇਂ ਕਿ ਤੁਸੀਂ ਟਿੱਕਰੀ ਬਾਰਡਰ 'ਤੇ ਬੈਠੇ ਸੀ, ਦੂਸਰੀ ਜਥੇਬੰਦੀਆਂ ਸੰਭੂ ਸਿੰਘੂ 'ਤੇ ਬੈਠੀਆਂ ਸੀ, ਪਰ ਹੁਣ ਜਿਹੜੇ ਮੋੜ ਦੇ ਉੱਪਰ ਹੁਣ ਇਹ ਮੋਰਚਾ ਖੜ੍ਹਾ ਗਾ 13 ਤਰੀਕ ਤੋਂ ਲੈ ਕੇ ਹੁਣ ਤੱਕ ਖੜ੍ਹਾ ਗਾ, ਤੁਹਾਡੇ ਹਿਸਾਬ ਦੇ ਨਾਲ ਜੇ ਅਗਰ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਲਗਾਤਾਰ ਜਿਵੇਂ ਪਹਿਲਾਂ ਉਸ ਟਾਈਮ ਉਹਨਾਂ ਪ੍ਰਬੰਧ ਨਹੀਂ ਹੈਗਾ ਸੀ, ਉਸ ਟਾਈਮ ਇੰਨਾ ਅਥਰੂ ਗੈਸ ਨਹੀਂ ਚੱਲੇ ਜਿੰਨਾ ਹੁਣ ਚੱਲ ਰਿਹਾ, ਹੁਣ ਜੇ ਅਗਰ ਤੁਸੀਂ ਤੁਹਾਡਾ ਤਜਰਬਾ ਜਿਹੜਾ ਪੁਰਾਣਾ ਤਜਰਬਾ ਕਈ ਸਾਲਾਂ ਤੁਸੀਂ ਸੰਘਰਸ਼ ਲੜਦੇ ਰਹੋ, ਹੁਣ ਦਬਾਅ ਕਿਸ ਤਰ੍ਹਾਂ ਬਣ ਸਕਦਾ ਹੈਗਾ ਸਰਕਾਰ 'ਤੇ? ਹੁਣ ਦਬਾਅ ਇੱਕੋ ਹੀ ਤਰੀਕਾ, ਸਾਂਝਾ ਤਾਲਮੇਲਵਾਂ ਸੰਘਰਸ਼ ਬਣਾ ਲੈਣ ਉਹ ਸਾਥੀ। ਸਾਡੇ ਵੱਲੋਂ ਯਤਨ ਜ਼ੋਰਦਾਰ ਜਾਰੀ ਹੈ, 6 ਮੈਂਬਰੀ ਕਮੇਟੀ ਵੀ ਇਸ ਕੰਮ ਵਾਸਤੇ ਬਣਾਈ ਹੈ, ਲੱਗੀ ਹੋਈ ਹੈ, ਉਹਦੇ ਨਾਲ ਸਹਿਯੋਗ ਕਰਕੇ ਸਾਂਝੇ ਅਸੂਲ ਤੈਅ ਕਰ ਲੈਣ, ਇਦੂ ਬਿਨਾਂ ਹੋਰ ਕੋਈ ਰਾਹ ਨਹੀਂ ਹੈ।
ਸਰਕਾਰ ਦੀ ਇਸ ਧੱਕੇਸ਼ਾਹੀ ਦੇ ਵਿਰੁੱਧ, ਜਬਰ ਦੇ ਵਿਰੁੱਧ, ਗੋਲੀਆਂ ਦੇ ਵਿਰੁੱਧ, ਐਥਰੂ ਗੈਸ ਦੇ ਵਿਰੁੱਧ ਲੜਨ ਦਾ ਹੋਰ ਕੋਈ ਰਾਹ ਨਹੀਂ ਹੈ। ਤੁਹਾਡਾ ਤਜਰਬਾ ਕੀ ਕਹਿੰਦਾ ਲਾਸਟ ਦੇ ਵਿੱਚ ਕਿ ਜਿਹੜੇ ਤੁਸੀਂ ਬਾਰਡਰ ਸੰਭੂ ਦੇ ਹੁਣ ਹਾਲਾਤ ਦੇਖੇ ਨੇ, ਖਨੌਰੀਏ ਦੇਖੇ ਨੇ, ਕੀ ਇਹ ਤੋੜ ਕੇ ਅੱਗੇ ਵਧਿਆ ਜਾ ਸਕਦਾ ਜਾਂ ਸਿਰਫ ਉਹ ਇੱਕ ਕਹਿ ਸਕਦੇ ਗਲਤ ਕਦਮ ਵੀ ਹੋ ਸਕਦਾ ਕਿਸਾਨਾਂ ਦਾ, ਨਹੀਂ ਇੱਥੇ ਬਹਿ ਕੇ ਵੀ ਉਹਨਾਂ ਦਬਾਅ ਬਣ ਸਕਦਾ? ਇਹ ਜਦੋਂ ਕੋਈ ਸਾਂਝੀ ਰਾਏ ਬਣੂਗੀ ਉੱਥੇ ਅਸੀਂ ਰਾਏ ਦੇਵਾਂਗੇ। ਪਹਿਲਾਂ ਹੀ ਕਹਿ ਦਈਏ ਵੀ ਨਹੀਂ ਅੱਗੇ ਵਧਿਆ ਜਾ ਸਕਦਾ, ਉੱਥੇ ਜੋ ਵੀ ਸਾਰਿਆਂ ਦੀ ਰਾਏ ਆਊਗੀ ਉਹਦੇ ਵਿੱਚ ਸਾਡੀ ਰਾਏ ਵੀ ਹੋਊਗੀ ਵੀ ਅਗਾਂਹ ਵਧਣ ਦੇ ਚਾਂਸ ਕੀ ਹੁੰਦੇ, ਕਿਹੋ ਜਿਹੇ ਹੁੰਦੇ ਆ, ਕਿੱਥੇ ਬਹਿ ਕੇ ਆਪਾਂ ਨੂੰ ਮੋਰਚਾ ਲੜਨਾ ਚਾਹੀਦਾ, ਕੀ ਦਿੱਲੀ ਜਾਣਾ ਇਸ ਵੇਲੇ ਬਿਲਕੁਲ ਜ਼ਰੂਰੀ ਹੈ, ਕੀ ਹੋਰਨਾਂ ਰੂਪਾਂ ਦੇ ਵਿੱਚ ਸੰਘਰਸ਼ ਨਹੀਂ ਲੜਾਇਆ ਜਾ ਸਕਦਾ। ਜਿਵੇਂ ਦਿੱਲੀ ਜਾਣ ਤੋਂ ਪਹਿਲਾਂ ਪਹਿਲੇ ਮੋਰਚੇ ਦੇ ਵਿੱਚ ਪੰਜਾਬ ਦੇ ਵਿੱਚ 2-3 ਮਹੀਨੇ ਉਹਦੀਆਂ ਤਿਆਰੀਆਂ ਖਿੱਚੀਆਂ ਗਈਆਂ ਸੀ, ਇਹਨਾਂ ਸਾਥੀਆਂ ਨੇ ਅੱਜ ਫੈਸਲਾ ਲਿਆ ਅਗਲੇ ਦਿਨ ਦਿੱਲੀ ਨੂੰ ਤੁਰ ਪਏ। ਇਸ ਤਰ੍ਹਾਂ ਕੋਈ ਇਹੋ ਜਿਹੇ ਵੱਡੇ ਘੋਲ ਆ ਜਿਹੜੇ ਜਿਹਦੇ 'ਚ ਪਤਾ ਹੈ ਸਰਕਾਰਾਂ ਇਹੋ ਜਿਹਾ ਉਦੋਂ ਵੀ ਉਹਨਾਂ ਨੇ ਰੋਕਣ ਦਾ ਯਤਨ ਕੀਤਾ ਸੀ, ਹੁਣ ਇਕੱਲੇ ਸਮਝ ਕੇ ਉਦੋਂ ਜ਼ਿਆਦਾ ਉਹਨਾਂ ਨੇ ਜਬਰ ਹਟਾਇਆ। ਇਸ ਕਰਕੇ ਇਹ ਮੌਕਾ ਦੇਣਾ ਸਰਕਾਰਾਂ ਨੂੰ, ਇਹਦਾ ਹੁਣ ਤੱਕ ਵੀ ਗਲਤ ਨਤੀਜੇ ਆਏ ਆ ਸਾਹਮਣੇ, ਜੇ ਇਵੇਂ ਦਾ ਇਵੇਂ ਚੱਲਦਾ ਰਿਹਾ ਤਾਂ ਇਦੋਂ ਗਾਂਹ ਵੀ ਗਲਤ ਨਤੀਜੇ ਆ ਸਕਦੇ, ਪਰ ਸਾਡੇ ਵੱਲੋਂ ਬਾਹਰੋਂ ਹਮਾਇਤ, ਤਾਲਮੇਲਮੀ ਹਮਾਇਤ ਫਿਰ ਵੀ ਜਾਰੀ ਰਹੂਗੀ, ਲਗਾਤਾਰ ਜਾਰੀ ਰਹੂਗੀ। ਜਦੋਂ ਵੀ ਸਰਕਾਰ ਕਿਸੇ ਵੀ ਜਥੇਬੰਦੀ ਦੇ ਵਿਰੁੱਧ, ਇਕੱਲਾ ਇਹ ਨਹੀਂ, ਆ ਜਿੰਨੀਆਂ ਵੀ ਜਥੇਬੰਦੀਆਂ 'ਤੇ ਜ਼ਬਰ ਹੁੰਦਾ ਸੀ ਤਾਂ ਹਰੇਕ ਦੇ ਬੈਕ 'ਤੇ ਖੜ੍ਹਦੇ ਹਾਂ, ਡਟ ਕੇ ਖੜ੍ਹਦੀ ਆ, ਅਗਰ ਹਾਂ ਜਥੇਬੰਦੀ ਚਾਹੇ ਮੁਲਾਜ਼ਮਾਂ ਦੇ ਕੋਲ ਹੋਵੇ, ਚਾਹੇ ਵਿਦਿਆਰਥੀਆਂ ਦਾ ਹੋਵੇ, ਚਾਹੇ ਨੌਜਵਾਨਾਂ ਦਾ ਹੋਵੇ, ਚਾਹੇ ਮਜ਼ਦੂਰਾਂ ਦਾ ਹੋਵੇ, ਹਰੇਕ ਘੋਲ ਦੇ ਨਾਲ ਡਟ ਕੇ ਮੋਢਾ ਲਾਇਆ ਸਾਡੀ ਜਥੇਬੰਦੀ ਨੇ, ਨੀਤੀ ਆ ਸਾਡੀ। ਸਰ ਸੁਖਦੇਵ ਸਿੰਘ ਕੋਕਰੀ ਕਲਾਂ, ਜਿਨ੍ਹਾਂ ਸਾਫ਼ ਤੌਰ 'ਤੇ ਕਈ ਗੱਲਾਂ ਵੱਡੀਆਂ ਗੱਲਾਂ ਕਹੀਆਂ, ਉਹਨੇ ਕਿਹਾ ਕਿ ਚੱਲਦੇ ਸੰਘਰਸ਼ ਦੌਰਾਨ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ, ਇਸ ਤਰ੍ਹਾਂ ਦੀਆਂ ਪ੍ਰੈਸ ਕਾਨਫਰੰਸਾਂ ਨਹੀਂ ਹੋਣੀਆਂ ਚਾਹੀਦੀਆਂ। ਉਹਨਾਂ ਨੇ ਕਿਹਾ ਅਸੀਂ ਫਿਰ ਵੀ ਜਿਹੜਾ ਅੰਦੋਲਨ ਲੜ ਰਹੇ ਕਿਸਾਨ ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਿਆਂਗੇ। ਅਸੀਂ ਜਿਸ ਤਰ੍ਹਾਂ ਦੇ ਵੀ ਸੰਯੁਕਤ ਕਿਸਾਨ ਮੋਰਚੇ ਦੀ ਕੌਲ ਆਏਗੀ ਜਾਂ ਮੀਟਿੰਗਾਂ ਦੇ ਵਿੱਚ ਜਿਹੜੀ ਕਮੇਟੀਆਂ ਬਣੀਆਂ ਨੇ, ਜੋ ਫੈਸਲਾ ਹੋਊਗਾ ਉਸ ਉਹਨੂੰ ਇਹਨਾਂ ਮੈਨੂੰ ਲਾਗੂ ਕਰਾਂਗੇ। ਵਿੱਕੀ ਬੋਲਰ ਪੰਜਾਬ ਤੱਕ, ਸੰਗਰੂਰ।